ਕੀ ਤੁਹਾਨੂੰ ਵੀ ਆਪਣੇ ਆਧਾਰ ਕਾਰਡ ਦੀ ਫੋਟੋ ਪਸੰਦ ਨਹੀਂ ਆ? ਕੀ ਤੁਹਾਡੇ ਵੀ ਦੋਸਤ ਤੁਹਾਡੀ ਫੋਟੋ ਵੇਖ ਕੇ ਤੁਹਾਡਾ ਮਜ਼ਾਕ ਉਡਾਉਂਦੇ ਨੇ? ਕਿ ਤੁਹਾਡੀ ਵੀ ਆਧਾਰ ਕਾਰਡ ਦੀ ਫੋਟੋ ਅਜਿਹੀ ਹੈ ਜਿਸ ਨੂੰ ਵੇਖ ਕੇ ਲੋਕਾਂ ਦਾ ਹਾਸਾ ਨਿਕਲ ਜਾਂਦਾ? ਤਾਂ ਹੁਣ ਘਬਰਾਉਣ ਦੀ ਲੋੜ ਨਹੀਂ, ਸਿਰਫ ਇੱਕ ਕੰਮ ਕਰਨਾ ਹੋਵੇਗਾ ਅਤੇ ਤੁਹਾਡੀ ਫੋਟੋ ਬਦਲ ਦਿੱਤੀ ਜਾਵੇਗੀ। ਅਜਿਹੀ ਫੋਟੋ ਤੁਸੀਂ ਚਾਹੁੰਦੇ ਹੋ, ਅਜਿਹੀ ਫੋਟੋ ਤੁਹਾਡੀ ਤੁਹਾਡੇ ਆਧਾਰ ਕਾਰਡ 'ਤੇ ਅਪਡੇਟ ਹੋ ਜਾਵੇਗੀ। ਇਸ ਦੇ ਲਈ ਇਹ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਆ, ਸਿਰਫ ਥੋੜ੍ਹਾ ਜਿਹਾ ਕੰਮ ਆ, ਤੁਹਾਨੂੰ ਥੋੜ੍ਹਾ ਜਿਹਾ ਕਸ਼ਟ ਹੈ ਜਿਹੜਾ ਉਹ ਕਰਨਾ ਪੈਣਾ। ਇਸ ਦੇ ਇਸ ਦਿੱਕਤ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਕਰਨਾ ਕੀ ਆ ਕਿ ਆਪਣੇ ਨਜ਼ਦੀਕੀ ਜਿਹੜਾ ਨਾਮਕਰਨ ਕੇਂਦਰ ਜਾਂ ਸੁਵਿਧਾ ਕੇਂਦਰ ਹੈ ਉੱਥੇ ਤੁਸੀਂ ਜਾਣਾ ਹੈ। ਉੱਥੇ ਜਾਣ ਤੋਂ ਬਾਅਦ ਉੱਥੇ ਜਾ ਕੇ ਜਿਹੜਾ ਫਾਰਮ ਭਰਨਾ ਉਹ ਤੁਸੀਂ ਕੇਂਦਰ ਦੇ ਵਿੱਚ ਜਾ ਕੇ ਵੀ ਭਰ ਸਕਦੇ ਹੋ ਅਤੇ ਔਨਲਾਈਨ ਵੀ ਉਹ ਫਾਰਮ ਜਿਹੜਾ ਅਪਲਾਈ ਕੀਤਾ ਜਾ ਸਕਦਾ। ਤਾਂ ਫਾਰਮ ਭਰਨ ਤੋਂ ਬਾਅਦ ਜਿਹੜੇ ਉੱਥੇ ਦੇ ਇਹ ਜਿਹੜੇ ਮੁਲਾਜ਼ਮ ਨੇ ਉਹ ਤੁਹਾਡੀ ਮੌਕੇ ਦੀ ਫੋਟੋ ਕਲਿੱਕ ਕਰਨਗੇ। ਜਿਹੋ ਜਿਹਾ ਕਿ ਤੁਸੀਂ ਬਣ ਕੇ ਜਾਵੋਗੇ, ਅਜਿਹੀ ਜਿਹੀ ਫੋਟੋ ਜਿਹੋ ਜਿਹੇ ਕੱਪੜਿਆਂ ਦੇ ਵਿੱਚ ਜਿਹੜੀ ਲੁੱਕ ਦੇ ਵਿੱਚ ਫੋਟੋ ਲਵਾਉਣੀ ਚਾਹੁੰਦੇ ਹੋ ਉੱਦਾਂ ਦੀ ਡਰੈਸ ਅਪ ਹੋ ਕੇ ਤੁਸੀਂ ਜਾ ਸਕਦੇ ਹੋ ਅਤੇ ਮੌਕੇ ਦੀ ਆਪਣੀ ਜਿਹੜੀ ਫੋਟੋ ਆ ਉਹ ਕਲਿੱਕ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਤੁਹਾਨੂੰ 50 ਤੋਂ 100 ਰੁਪਏ ਨੇ ਜਿਹੜੇ ਇਸਦੀ ਫੀਸ ਹੈ ਉਹ ਅਦਾ ਕਰਨੀ ਪਵੇਗੀ, ਜਿਸ ਤੋਂ ਬਾਅਦ ਜਿਹੜੀ ਤੁਹਾਡੀ ਫੋਟੋ ਹੈ ਉਹ ਅਪਡੇਟ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ UIDAI ਦੇ ਪੋਰਟਲ ਤੋਂ ਡਾਊਨਲੋਡ ਵੀ ਕਰ ਸਕਦੇ ਹੋ। ਇਕੱਲਾ ਆਧਾਰ ਕਾਰਡ 'ਤੇ ਫੋਟੋ ਹੀ ਨਹੀਂ, ਜੇ ਤੁਹਾਡਾ ਆਧਾਰ ਕਾਰਡ ਦੇ ਨਾਲ ਨੰਬਰ ਅਟੈਚ ਨਹੀਂ ਆ ਤਾਂ ਆਪਣਾ ਨੰਬਰ ਵੀ ਅਟੈਚ ਕਰਵਾ ਸਕਦੇ ਹੋ। ਜੇ ਇਹ ਤੁਹਾਨੂੰ ਵੀ ਦਿੱਕਤ ਆ ਰਹੀ ਹੈ, ਕਿਉਂਕਿ ਬੜੇ ਸਾਰੇ ਲੋਕਾਂ ਨੂੰ ਇਹ ਦਿੱਕਤ ਵੀ ਆਉਂਦੀ ਹੈ ਕਿ ਉਹਨਾਂ ਦਾ ਫਿੰਗਰ ਹੈ ਜਿਹੜਾ ਉਹ ਪ੍ਰੋਪਰ ਕੰਮ ਨਹੀਂ ਕਰਦਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕਾਂ ਦੇ ਕੋਲ ATM ਕਾਰਡ ਨਹੀਂ ਹੁੰਦੇ ਅਤੇ ਬੈਂਕਾਂ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਫਿਰ ਉਹਨੇ ਜਿਹੜੇ ਆ ਉਹ ਕਈ ਕੇਂਦਰ ਬਣੇ ਹੋਏ ਨੇ ਉਹਨਾਂ ਤੋਂ ਉਹ ਆਪਣਾ ਫਿੰਗਰ ਸਕੈਨ ਕਰਵਾ ਕੇ ਆਧਾਰ ਕਾਰਡ ਤੋਂ ਆਪਣੇ ਜਿਹੜੇ ਖਾਤੇ ਦੇ ਵਿੱਚੋਂ ਪੈਸੇ ਨੇ ਉਹ ਕਢਵਾ ਲੈਂਦੇ ਨੇ। ਜੇ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਆ ਰਹੀ ਆ ਕਿ ਜਦੋਂ ਤੁਸੀਂ ਕਿਸੇ ਕੇਂਦਰ 'ਚ ਜਾਂਦੇ ਹੋ ਪੈਸੇ ਕਢਵਾਉਣ, ਤੁਹਾਡੀ ਫਿੰਗਰ ਸਕੈਨ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ ਇਹ ਜਿਹੜੀ ਤੁਹਾਡੀ ਆਧਾਰ ਕਾਰਡ 'ਤੇ ਆ, ਤਾਂ ਉਸ ਨੂੰ ਵੀ ਤੁਸੀਂ ਅਪਡੇਟ ਕਰਵਾ ਸਕਦੇ ਹੋ। ਉਹ ਅਜਿਹੀਆਂ ਹੋਰ ਜਾਣਕਾਰੀਆਂ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ। ਕੀ ਤੁਹਾਨੂੰ ਵੀ ਆਪਣੇ ਆਧਾਰ ਕਾਰਡ ਦੀ ਫੋਟੋ ਪਸੰਦ ਨਹੀਂ ਆ? ਕੀ ਤੁਹਾਡੇ ਵੀ ਦੋਸਤ ਤੁਹਾਡੀ ਫੋਟੋ ਵੇਖ ਕੇ ਤੁਹਾਡਾ ਮਜ਼ਾਕ ਉਡਾਉਂਦੇ ਨੇ? ਕਿ ਤੁਹਾਡੀ ਵੀ ਆਧਾਰ ਕਾਰਡ ਦੀ ਫੋਟੋ ਅਜਿਹੀ ਹੈ ਜਿਸ ਨੂੰ ਵੇਖ ਕੇ ਲੋਕਾਂ ਦਾ ਹਾਸਾ ਨਿਕਲ ਜਾਂਦਾ? ਤਾਂ ਹੁਣ ਘਬਰਾਉਣ ਦੀ ਲੋੜ ਨਹੀਂ, ਸਿਰਫ ਇੱਕ ਕੰਮ ਕਰਨਾ ਹੋਵੇਗਾ ਅਤੇ ਤੁਹਾਡੀ ਫੋਟੋ ਬਦਲ ਦਿੱਤੀ ਜਾਵੇਗੀ। ਅਜਿਹੀ ਫੋਟੋ ਤੁਸੀਂ ਚਾਹੁੰਦੇ ਹੋ, ਅਜਿਹੀ ਫੋਟੋ ਤੁਹਾਡੀ ਤੁਹਾਡੇ ਆਧਾਰ ਕਾਰਡ 'ਤੇ ਅਪਡੇਟ ਹੋ ਜਾਵੇਗੀ। ਇਸ ਦੇ ਲਈ ਇਹ ਕੋਈ ਜ਼ਿਆਦਾ ਮੁਸ਼ਕਲ ਕੰਮ ਨਹੀਂ ਆ, ਸਿਰਫ ਥੋੜ੍ਹਾ ਜਿਹਾ ਕੰਮ ਆ, ਤੁਹਾਨੂੰ ਥੋੜ੍ਹਾ ਜਿਹਾ ਕਸ਼ਟ ਹੈ ਜਿਹੜਾ ਉਹ ਕਰਨਾ ਪੈਣਾ। ਇਸ ਦੇ ਇਸ ਦਿੱਕਤ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਕਰਨਾ ਕੀ ਆ ਕਿ ਆਪਣੇ ਨਜ਼ਦੀਕੀ ਜਿਹੜਾ ਨਾਮਕਰਨ ਕੇਂਦਰ ਜਾਂ ਸੁਵਿਧਾ ਕੇਂਦਰ ਹੈ ਉੱਥੇ ਤੁਸੀਂ ਜਾਣਾ ਹੈ। ਉੱਥੇ ਜਾਣ ਤੋਂ ਬਾਅਦ ਉੱਥੇ ਜਾ ਕੇ
ਜਿਹੜਾ ਫਾਰਮ ਭਰਨਾ ਉਹ ਤੁਸੀਂ ਕੇਂਦਰ ਦੇ ਵਿੱਚ ਜਾ ਕੇ ਵੀ ਭਰ ਸਕਦੇ ਹੋ ਅਤੇ ਔਨਲਾਈਨ ਵੀ ਉਹ ਫਾਰਮ ਜਿਹੜਾ ਅਪਲਾਈ ਕੀਤਾ ਜਾ ਸਕਦਾ। ਤਾਂ ਫਾਰਮ ਭਰਨ ਤੋਂ ਬਾਅਦ ਜਿਹੜੇ ਉੱਥੇ ਦੇ ਇਹ ਜਿਹੜੇ ਮੁਲਾਜ਼ਮ ਨੇ ਉਹ ਤੁਹਾਡੀ ਮੌਕੇ ਦੀ ਫੋਟੋ ਕਲਿੱਕ ਕਰਨਗੇ। ਜਿਹੋ ਜਿਹਾ ਕਿ ਤੁਸੀਂ ਬਣ ਕੇ ਜਾਵੋਗੇ ਜਿਹੀ ਜਿਹੀ ਫੋਟੋ, ਉਹ ਜਿਹੋ ਜਿਹੇ ਕੱਪੜਿਆਂ ਦੇ ਵਿੱਚ ਜਿਹੜੀ ਲੁੱਕ ਦੇ ਵਿੱਚ ਫੋਟੋ ਲਵਾਉਣੀ ਚਾਹੁੰਦੇ ਹੋ ਉੱਦਾਂ ਦੀ ਡਰੈਸ ਅਪ ਹੋ ਕੇ ਤੁਸੀਂ ਜਾ ਸਕਦੇ ਹੋ ਅਤੇ ਮੌਕੇ ਦੀ ਆਪਣੀ ਜਿਹੜੀ ਫੋਟੋ ਆ ਉਹ ਕਲਿੱਕ ਕਰਵਾ ਸਕਦੇ ਹੋ। ਇਹ ਫਾਰਮ ਭਰਨ ਤੋਂ ਬਾਅਦ ਤੁਹਾਨੂੰ 50 ਤੋਂ 100 ਰੁਪਏ ਨੇ ਜਿਹੜੇ ਇਸਦੀ ਫੀਸ ਹੈ ਉਹ ਅਦਾ ਕਰਨੀ ਪਵੇਗੀ, ਜਿਸ ਤੋਂ ਬਾਅਦ ਜਿਹੜੀ ਤੁਹਾਡੀ ਫੋਟੋ ਹੈ ਉਹ ਅਪਡੇਟ ਹੋ ਜਾਵੇਗੀ ਅਤੇ ਤੁਸੀਂ ਇਸ ਨੂੰ UIDAI ਦੇ ਪੋਰਟਲ ਤੋਂ ਡਾਊਨਲੋਡ ਵੀ ਕਰ ਸਕਦੇ ਹੋ। ਇਕੱਲਾ ਆਧਾਰ ਕਾਰਡ ਅਤੇ ਫੋਟੋ ਹੀ ਨਹੀਂ, ਜੇ ਤੁਹਾਡਾ ਆਧਾਰ ਕਾਰਡ ਦੇ ਨਾਲ ਨੰਬਰ ਅਟੈਚ ਨਹੀਂ ਆ ਤਾਂ ਆਪਣਾ ਨੰਬਰ ਵੀ ਅਟੈਚ ਕਰਵਾ ਸਕਦੇ ਹੋ। ਜੇ ਤੁਹਾਨੂੰ ਵੀ ਦਿੱਕਤ ਆ ਰਹੀ ਹੈ, ਕਿਉਂਕਿ ਬੜੇ ਸਾਰੇ ਲੋਕਾਂ ਨੂੰ ਇਹ ਦਿੱਕਤ ਵੀ ਆਉਂਦੀ ਹੈ ਕਿ ਉਹਨਾਂ ਦਾ ਫਿੰਗਰ ਹੈ ਜਿਹੜਾ ਉਹ ਪ੍ਰੋਪਰ ਕੰਮ ਨਹੀਂ ਕਰਦਾ, ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜੇ ਲੋਕਾਂ ਦੇ ਕੋਲ ATM ਕਾਰਡ ਨਹੀਂ ਹੁੰਦੇ ਅਤੇ ਬੈਂਕਾਂ ਦੇ ਵਿੱਚ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਤਾਂ ਫਿਰ ਉਹਨੇ ਜਿਹੜੇ ਉਹ ਕਈ ਕੇਂਦਰ ਬਣੇ ਹੋਏ ਨੇ ਉਹਨਾਂ ਤੋਂ ਉਹ ਆਪਣਾ ਫਿੰਗਰ ਸਕੈਨ ਕਰਵਾ ਕੇ ਆਧਾਰ ਕਾਰਡ ਤੋਂ ਆਪਣੇ ਜਿਹੜੇ ਖਾਤੇ ਦੇ ਵਿੱਚੋਂ ਪੈਸੇ ਨੇ ਉਹ ਕਢਵਾ ਲੈਂਦੇ ਨੇ। ਜੇ ਤੁਹਾਨੂੰ ਇੱਦਾਂ ਦੀ ਕੋਈ ਦਿੱਕਤ ਆ ਰਹੀ ਆ ਕਿ ਜਦੋਂ ਤੁਸੀਂ ਕਿਸੇ ਕੇਂਦਰ 'ਚ ਜਾਂਦੇ ਹੋ ਪੈਸੇ ਕਢਵਾਉਣ, ਤੁਹਾਡੀ ਫਿੰਗਰ ਸਕੈਨ ਹੋਣ ਦੇ ਵਿੱਚ ਦਿੱਕਤ ਆਉਂਦੀ ਹੈ, ਇਹ ਜਿਹੜੀ ਤੁਹਾਡੀ ਆਧਾਰ ਕਾਰਡ 'ਤੇ ਆ, ਤਾਂ ਉਸ ਨੂੰ ਵੀ ਤੁਸੀਂ ਅਪਡੇਟ ਕਰਵਾ ਸਕਦੇ ਹੋ। ਅਜਿਹੀਆਂ ਹੋਰ ਜਾਣਕਾਰੀਆਂ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ।